ਬੀਤੇ ਦਿਨ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮਾਹੌਲ ਕਾਫੀ ਤਣਾਅਪੂਰਨ ਦੇਖਣ ਨੂੰ ਮਿਲਿਆ, ਜਿਸ ਦੌਰਾਨ ਇੱਕ ਕਿਸਾਨ ਦੀ ਮੌਤ ਹੋਈ ਹੈ ਅਤੇ ਕਈ ਕਿਸਾਨ ਗੰਭੀਰ ਜ਼ਖਮੀ ਹੋਏ, ਜਿਸ ਨੂੰ ਲੈ ਕੇ ਲਗਾਤਾਰ ਇਸ ਦੀ ਨਿੰਦਿਆ ਕੀਤੀ ਗਈ। ਉੱਥੇ ਹੀ ਲੱਖਾ ਸਿਧਾਣਾ ਨੇ ਇਸ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਲਗਾਤਾਰ ਹਰਿਆਣਾ ਪੁਲਿਸ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਾਡੇ ਤੇ ਹਮਲੇ ਕੀਤੇ ਜਾ ਰਹੇ ਨੇ, ਸਾਡੇ ਵਾਹਨਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਅਤੇ ਇੱਕ ਕਿਸਾਨ ਦੀ ਮੌਤ ਹੋਈ ਹੈ। ਇਸ ਨੂੰ ਲੈ ਕੇ ਲੱਖਾ ਸਿਧਾਣਾ ਨੇ ਅੰਦੋਲਨਕਾਰੀਆਂ ਨੂੰ, ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਹੀ ਜਿਹੜੇ ਇਹੋ ਜਿਹੇ ਅੰਦੋਲਨ ਹੁੰਦੇ ਨੇ ਉਹਨਾਂ ਨੂੰ ਹਿੰਸਕ ਨਾ ਬਣਾਇਆ ਜਾਵੇ, ਕਿਉਂਕਿ ਸਰਕਾਰਾਂ ਤਾਂ ਚਾਹੁੰਦੀਆਂ ਨੇ ਕਿ ਇਹ ਹਿੰਸਕ ਬਣੇ ਅਤੇ ਅੰਦੋਲਨ ਨੂੰ ਖਤਮ ਕੀਤਾ ਜਾਵੇ। ਇਸ ਕਰਕੇ ਸਾਨੂੰ ਸਹੀ ਢੰਗ ਦੇ ਨਾਲ ਅਤੇ ਜਿਹੜੇ ਸਾਡੇ ਜਥੇਬੰਦੀਆਂ ਸਾਨੂੰ ਸੰਦੇਸ਼ ਦਿੰਦੀਆਂ ਨੇ ਉਹਨਾਂ ਦੇ ਆਦੇਸ਼ ਦੇ ਉੱਤੇ ਸਾਨੂੰ ਅੰਦੋਲਨ ਕਰਨਾ ਚਾਹੀਦਾ। ਸਾਰਾ ਸਮਾਨ ਭੰਨ ਕੇ ਗਏ, ਗੱਡੀਆਂ ਟਰੈਕਟਰ ਭੰਨ ਕੇ ਗਏ ਆ, ਪੰਜਾਬ ਦੀ ਹੱਦ ਦੇ ਵਿੱਚੋਂ 5-6 ਮੁੰਡਿਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਨੇ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਵਾਪਸ ਇੱਧਰ ਹੀ ਸੁੱਟ ਗਏ 2-2.5 ਘੰਟਿਆਂ ਬਾਅਦ। ਸੋ ਲਗਾਤਾਰ ਜਿਹੜਾ 13 ਤਰੀਕ ਤੋਂ ਲੈ ਕੇ ਮਾਹੌਲ ਬਣਿਆ ਹੋਇਆ, ਕਦੇ ਅਥਰੂ ਗੈਸਾਂ ਦੇ ਗੋਲੇ ਮਾਰੇ ਜਾਂਦੇ ਆ, ਕਦੇ ਡਾਂਗਾਂ ਮਾਰ ਕੇ ਲੱਤਾਂ ਤੋੜੀਆਂ ਜਾਂਦੀਆਂ ਨੇ, ਸਿਰ ਪਾੜੇ ਜਾਂਦੇ ਆ, ਅੱਜ ਤਾਂ ਜਮਾਂ ਹੀ ਹੱਦ ਹੋ ਗਈ ਯਾਰ, ਅੱਜ ਤਾਂ ਜਮਾਂ ਹੀ ਕਹਿਰ ਢਾਇਆ। ਉੱਥੇ ਸੈਂਟਰ ਦੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਪੁਲਿਸ ਨੇ, ਸਵਾਲ ਇਹ ਬਣਦਾ ਕਿ ਕੀ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਤਾਂ ਹੈਗਾ ਕਿ ਮੈਂ ਪੰਜਾਬ ਨਾਲ ਹੈ, ਮੈਂ ਲੋਕਾਂ ਨਾਲ ਹੈ। ਤੁਸੀਂ ਇਹ ਦੇਖੋ ਵੀ ਹੁਣ ਤੱਕ 250 ਤੋਂ 300 ਦੇ ਕਰੀਬ ਬੰਦੇ ਜ਼ਖਮੀ ਹੋ ਚੁੱਕੇ ਆ, ਪਰ ਕੋਈ ਵੀ MLR ਨਹੀਂ ਕੱਠੀ ਗਈ। ਜਿਹੜੀ ਮੈਡੀਕਲ ਲੀਗਲ ਰਿਪੋਰਟ ਹੁੰਦੀ ਆ ਉਹ ਕੱਟੀ ਨਹੀਂ ਗਈ ਹਾਲ ਤੱਕ, 250-300 ਬੰਦੇ ਜ਼ਖਮੀ ਹੋਣ ਤੇ। ਅੱਜ ਉਹਨਾਂ ਨੇ ਗੋਲੀ ਮਾਰ ਕੇ ਸ਼ਰੇਆਮ ਨੌਜਵਾਨ ਮਾਰਤਾ, ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹੀ ਜਾਂਦੇ ਆ ਕਿ ਉੱਥੇ ਜੀ ਅਥਰੂ ਗੈਸ ਚੱਲੀ ਆ ਜੀ, ਉੱਥੇ ਜੀ ਡਾਂਗਾਂ ਚੱਲੀਆਂ ਜੀ, ਉੱਥੇ ਰਬੜ ਦੀਆਂ ਗੋਲੀਆਂ ਚੱਲੀਆਂ ਜੀ। ਮਾਨ ਸਾਹਿਬ ਰਬੜ ਦੀਆਂ ਗੋਲੀਆਂ ਨਹੀਂ ਚੱਲੀਆਂ, ਉੱਥੇ 12 ਬੋਰ ਦੀਆਂ ਗੋਲੀਆਂ ਚੱਲੀਆਂ ਨੇ, ਉੱਥੇ 32 ਬੋਰ ਦੀਆਂ ਗੋਲੀਆਂ ਚੱਲੀਆਂ ਨੇ, ਫੈਰ ਹੋਏ ਨੇ। ਇੱਕ ਨੀ, ਦੋ ਨੀ, ਦਰਜਨਾਂ ਦੀ ਗਿਣਤੀ ਦੇ ਵਿੱਚ ਉੱਥੇ 12 ਬੋਰ ਦੇ ਖੋਲ ਮਿਲੇ ਆ ਤੇ 32 ਬੋਰ ਦੇ ਖੋਲ ਮਿਲੇ ਆ। ਪੰਜਾਬ ਦੇ ਵਿੱਚ ਜਦੋਂ ਆ ਕੇ ਉਰਲੇ ਪਾਸੇ ਉਹਨਾਂ ਨੇ ਗੋਲੀਆਂ ਚਲਾਈਆਂ ਤਾਂ ਉਹਦੇ ਖੋਲ ਸਾਰੇ ਪੰਜਾਬ ਚ ਮਿਲੇ ਆ। ਕੀ ਪਰਚਾ ਨੀ ਬਣਦਾ, ਕੀ ਖੱਟਰ ਸਰਕਾਰ ਦੇ ਉੱਤੇ ਜਾਂ ਹਰਿਆਣੇ ਦੇ DGP ਦੇ ਉੱਤੇ ਜਾਂ ਜੀਂਦ ਜ਼ਿਲ੍ਹਾ ਪੈਂਦਾ, ਜੀਂਦ ਜ਼ਿਲ੍ਹੇ ਦੇ SSP ਉੱਤੇ ਜਾਂ ਜੀਂਦ ਜ਼ਿਲ੍ਹੇ ਦੇ DC ਦੇ ਉੱਤੇ, ਵੈਸੇ ਤਾਂ ਜਿਹੜੀ ਗੋਲੀ ਚੱਲੀ ਆ ਕਿਹਦੇ ਹੁਕਮ ਦੇ ਚੱਲੀ ਹੈ? ਜ਼ਿਲ੍ਹਾ ਹੁੰਦਾ ਜਿਹੜਾ ਉਹ DC ਦੇ ਅਧਿਕਾਰ ਖੇਤਰ ਚ ਹੁੰਦਾ ਹੈ, ਜੇ ਸੂਬਾ ਦਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਚ ਹੈ। ਜਿਵੇਂ ਤੁਹਾਡਾ ਇੱਕ ਮੁਕੱਦਮੇ ਸੀਗਾ, ਕੋਈ ਬੰਦਾ ਬੱਗਾ ਤੁਹਾਡੀ ਪੰਜਾਬ ਪੁਲਿਸ ਦਿੱਲੀਓਂ ਫੜ ਕੇ ਲੈ ਕੇ ਆ ਰਹੀ ਸੀ ਤੇ ਤੁਸੀਂ ਤੁਹਾਨੂੰ ਆਉਂਦਿਆਂ ਨੂੰ ਰਾਹ ਦੇ ਵਿੱਚ ਹਰਿਆਣਾ ਪੁਲਿਸ ਨੇ ਘੇਰ ਕੇ ਨਾਲੇ ਬੰਦਾ ਛੁਡਾ ਲਿਆ ਸੀ, ਨਾਲੇ ਪੰਜਾਬ ਪੁਲਿਸ ਦੇ ਪਰਚਾ ਦਰਜ ਕਰਤਾ ਸੀ। ਅੱਜ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਵੀ ਚਲਾ ਰਹੇ ਨੇ, ਗੋਲੇ ਵੀ ਸਿੱਟ ਰਹੇ ਨੇ, ਡਾਂਗਾਂ ਵੀ ਮਾਰ ਰਹੇ ਨੇ, ਗੋਲੀਆਂ ਵੀ ਮਾਰ ਰਹੇ ਨੇ, ਸਾਧਨ ਵੀ ਭੰਨ ਰਹੇ ਨੇ, ਤਾਂ ਕੀ ਉਹਨਾਂ ਦੇ ਪਰਚਾ ਨਹੀਂ ਬਣਦਾ? ਤੁਸੀਂ ਅੱਜ ਵੀ ਕਹੀ ਜਾਂਦੇ ਹੋ ਕਿ ਰਬੜ ਦੀਆਂ ਗੋਲੀਆਂ ਸੀ ਜੀ।
ਸੋ ਤੁਹਾਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਦਿੱਲੀ ਨਾਲ ਹੋ, ਤੁਸੀਂ ਮੋਦੀ ਨਾਲ ਹੋ, ਤੁਸੀਂ ਅਮਿਤ ਸ਼ਾਹ ਨਾਲ ਹੋ ਕਿ ਪੰਜਾਬ ਨਾਲ ਹੋ। ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਖਾਸ ਕਰਕੇ, ਕਿ ਬਈ ਯਾਰ ਜਿਸ ਤਰ੍ਹਾਂ ਅੱਜ ਮਾਹੌਲ ਉੱਥੇ ਸੰਭੂ ਤੇ ਬਣਾਇਆ, ਸਪੀਕਰ ਦੀਆਂ ਤਾਰਾਂ ਵੜਤੀਆਂ, ਆਗੂਆਂ ਨੂੰ ਗਾਲਾਂ ਕੱਢੀ ਗਏ ਹੋ, ਉੱਥੇ ਜਿਹੜੀਆਂ ਬੈਨਾਂ ਖੜੀਆਂ ਸੀਗੀਆਂ, ਆ ਛਤਰੇ ਜੇ ਲੱਗੇ ਸੀਗੇ ਜਿਹੜੇ ਸੈਟੇਲਾਈਟ ਵਾਲੇ, ਜਿਹੜਾ ਮੀਡੀਆ ਤੁਹਾਡਾ ਉੱਥੇ, ਤੁਹਾਡੀ ਜਿੰਨੀ ਗੱਲਬਾਤ ਆ, ਜਿੰਨੀ ਕਵਰੇਜ ਮੀਡੀਆ ਕਰਕੇ ਦਿਖਾ ਰਿਹਾ, ਵੈਸੇ ਤਾਂ ਨੈੱਟ ਬੰਦ ਆ, ਸੋਸ਼ਲ ਮੀਡੀਆ ਤਾਂ ਚੱਲਦੇ ਨੀ ਉੱਥੇ, ਨੈੱਟ ਬੰਦ ਹੋਣ ਕਰਕੇ, ਸੈਟੇਲਾਈਟ ਵਾਲੀਆਂ ਜਿੰਨੀਆਂ ਉੱਥੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਤਾਰਾਂ ਵੜਤੀਆਂ ਤੁਸੀਂ ਆਖਿਆ ਜੀ ਯਾਰ। ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ, ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਕਿ ਹੁਲੜਬਾਜ਼ੀ ਤੋਂ ਬਚ ਜਾਓ ਮੇਰਾ ਵੀਰ। ਇਹ ਸਰਕਾਰ ਚਾਹੁੰਦੀ ਹੈ ਕਿ ਜਿਹੜੀ ਲਹਿਰ ਪੰਜਾਬ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਉੱਠ ਰਹੀ ਆ, ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਨਾ, ਅਸਲ ਇਹ ਉਹ ਲਹਿਰ ਨੂੰ ਕੁਚਲ ਦੇਣਾ ਚਾਹੁੰਦੇ, ਲਹਿਰ ਨੂੰ ਦੱਬ ਦੇਣਾ ਚਾਹੁੰਦੇ ਆ। ਇਹ ਨੀਤੀ ਹੈ ਸਰਕਾਰ ਦੀ, ਤੁਸੀਂ ਇਹਨਾਂ ਦੇ ਛਲਾ ਵਿੱਚ, ਤੁਸੀਂ ਇਹਨਾਂ ਦੇ ਜਾਲ ਚ ਫਸ ਰਹੇ ਹੋ ਬਾਈ। ਬਾਰ ਬਾਰ ਤੁਹਾਨੂੰ ਬੇਨਤੀਆਂ ਨੇ, ਅਪੀਲਾਂ ਨੇ, ਬਾਈ ਸ਼ਾਂਤੀ ਬਣਾ ਕੇ ਰੱਖੋ, ਜਾਬਤੇ ਚ ਰਹੋ ਯਾਰ, ਆਪਣੇ ਜਿਹੜੇ ਲੱਗੇ ਹੋਏ ਅੱਗੇ ਬੰਦੇ ਆਗੂ ਉਹਨਾਂ ਦੀ ਗੱਲ ਸੁਣ ਲਓ, ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਾਈ। ਕਿੰਨਾ ਮੱਥਾ ਮਾਰਿਆ ਉੱਥੇ, ਚੜ ਚੜ ਕੇ ਸਟੇਜਾਂ ਦੇ ਉੱਤੇ ਭੰਦੇਰ ਅਰਗਿਆਂ ਨੇ, ਹੋਰ ਆਗੂਆਂ ਨੇ ਵੀ ਬਾਈ ਗੱਲ ਸੁਣ ਲਓ, ਗੱਲ ਸੁਣ ਲਓ, ਗੱਲ ਸੁਣ ਲਓ, ਪਰ ਨਹੀਂ, ਕੋਈ ਸੁਣਨ ਨੂੰ ਤਿਆਰ ਨਹੀਂ ਸੀ। ਨੌਜਵਾਨੋ, ਸੰਘਰਸ਼ ਕਿਸੇ ਰਣਨੀਤੀ ਨਾਲ ਜਿੱਤੇ ਜਾਂਦੇ ਹੈ, ਕਿਸੇ ਵਿਉਂਤਬੰਦੀ ਨਾਲ ਜਿੱਤੇ ਜਾਂਦੇ ਨੇ। ਜਦੋਂ ਸੰਘਰਸ਼ ਹਿੰਸਕ ਹੋ ਜਾਂਦੇ ਨੇ, ਹੁੱਲੜਬਾਜ਼ ਹੋ ਜਾਂਦੇ ਨੇ, ਸੰਘਰਸ਼ ਹਾਰ ਜਾਂਦੇ ਨੇ ਬਾਈ। ਪੰਜਾਬ ਹਾਰਨਾ ਨਹੀਂ ਚਾਹੀਦਾ, ਇਹੀ ਗੱਲ ਮੈਂ ਦਿੱਲੀ ਕਹਿੰਦਾ ਰਿਹਾ ਲਗਾਤਾਰ ਕਿ ਸੰਭਲ ਕੇ ਚੱਲੋ, ਜੇ ਪੰਜਾਬ ਹਾਰ ਗਿਆ ਮੁੜ ਕੇ ਪੰਜਾਬ ਦੇ ਵਿੱਚੋਂ 10 ਸਾਲ ਕੋਈ ਲਹਿਰ ਨਹੀਂ ਉੱਠਣੀ, ਲੋਕਾਂ ਦੀ ਨਿਰਾਸ਼ਤਾ ਚਲੀ ਜਾਣੀ ਹੈ, ਲੋਕਾਂ ਦਾ ਮਨੋਬਲ ਟੁੱਟ ਜਾਣਾ, ਲੋਕਾਂ ਨੇ ਹੌਸਲਾ ਸੁੱਟ ਦੇਣਾ ਵੀ ਸਾਡੇ ਪਰੇ ਹੁਣ ਨਹੀਂ ਕੁਛ ਹੋ ਸਕਦਾ। ਅੱਜ ਵੀ ਤੁਹਾਨੂੰ ਇਹੀ ਕਹਿਣਾ, ਲਹਿਰ ਸਿਖਰਾਂ ਤੇ ਆ, ਪੰਜਾਬ ਚ ਜੋਸ਼ ਬਹੁਤ ਹੈ, ਪਰ ਹੋਸ਼ ਤੋਂ ਵੀ ਕੰਮ ਲਓ ਬਾਈ। ਜੋਸ਼ ਨਾਲ ਹੋਸ਼ ਬੜਾ ਜ਼ਰੂਰੀ ਹੁੰਦਾ, ਕੱਲਾ ਜੋਸ਼ ਵੀ ਕਈ ਵਾਰੀ ਨੁਕਸਾਨ ਕਰਾ ਦਿੰਦਾ। ਸੋ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਲਗਾਤਾਰ ਮਾਹੌਲ ਬੀਤੇ ਦਿਨ ਕਾਫੀ ਤਣਾਅਪੂਰਨ ਦੇਖਣ ਨੂੰ ਮਿਲਿਆ, ਜਿਸ ਦੌਰਾਨ ਕਾਫੀ ਹਿੰਸਾ ਦੇਖਣ ਨੂੰ ਮਿਲੀ ਅਤੇ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਇਨ੍ਹਾਂ ਅੰਦੋਲਨਕਾਰੀਆਂ ਤੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਨਾਲ ਨਾਲ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਕਈ ਕਿਸਾਨ ਗੰਭੀਰ ਜ਼ਖਮੀ ਹੋਏ ਨੇ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।